ਤੋ ਸਸਿਕਾਲ ਸਾਰਾ ਦੋਸਤੋ ਠੰਡ ਆਣ ਲੱਗਿਆ ਸਿਆਲ ਆਣ ਲੱਗਾ ਤੇ ਆਪਣੇ ਘਰ ਨਾਲ ਇੱਕ ਆਹਾ ਇੱਕ ਬੂਟਾ ਛੋਟਾ ਜਿਹਾ ਜ਼ਰੂਰ ਲਾ ਲਿਓ ਤੇ ਇਹ ਪੌਦਾ ਤੁਹਾਨੂੰ ਮੈਂ ਦਖਾਲਣ ਲੱਗਾ ਕਿ ਲੱਗਣਾ ਕਿਵੇਂ ਆਹੀ ਮੌਸਮ ਹੈ ਦਾ ਲੱਗਣ ਦਾ ਤੇ ਇਹਨੂੰ ਲਿਆ ਕੇ ਆਪਣੇ ਨਾ ਘਰ ਕਿਆਰੀ ਦੇ ਵਿੱਚ ਲਾ ਲਿਓ ਇਹ ਐਡਾ ਕਬੂਟਾ ਹੋ ਜਾਣਾ ਇਹਦੇ ਫਾਇਦੇ ਸੁਣ ਲਓ ਪਹਿਲਾਂ ਤੇ ਜਿਹੜੇ ਅਸੀਂ ਚਾਹ ਪੀ ਪੀ ਕੇ ਆਪਣੇ ਲੀਵਰ ਸਾੜੇ ਪਏ ਨਾ ਲੀਵਰਾਂ ਦੇ ਵਿੱਚ ਤਾਂ ਗਰਮੀ ਪੈ ਜਾਂਦੀ ਹੈ ਤੇ ਸਾਨੂੰ ਹੋਰ ਤਰ੍ਹਾਂ ਆਪਣੇ ਆਪ ਨੂੰ ਫੀਲ ਹੁੰਦਾ ਕਈ ਵਾਰ ਸਿਆਲਾਂ ਦੇ ਵਿੱਚ ਇਹਦੇ ਦੋ ਪੱਤੇ ਤੋੜ ਕੇ ਦੋਸਤੋ ਆਪਣੀ ਚਾਹ ਦੇ ਵਿੱਚ ਪਾ ਲੈਣੇ ਆ ਕਿਉਂਕਿ ਚਾਹ ਤਾਂ ਅਸੀਂ ਛੱਡ ਨਹੀਂ ਸਕਦੇ ਸਾਨੂੰ ਉਹ ਦੇ ਗਏ ਅੰਗਰੇਜ਼ ਤੇ ਅਸੀਂ ਛੱਡ ਨਹੀਂ ਸਕਦੇ ਖੁਦ ਮੈਂ ਵੀ ਖੁਦ ਪੀਣਾ ਭਾਈ ਵਿੱਚ ਕੋਈ ਝੂਠ ਨਹੀਂ ਹੈਗਾ ਤੇ ਅਸੀਂ ਕੀ ਕਰਨਾ ਤੇ ਹੁਣ ਇਹਦੇ ਦੋ ਪੱਤੇ ਰੋਜ਼ ਆਪਣੀ ਚਾਹ ਦੇ ਵਿੱਚ ਤੇ ਚਾਹੇ ਦੋ ਚਾਰ ਪੱਤੇ ਤੁਸੀਂ ਸਲਾਦ ਦੇ ਵਿੱਚ ਚਾਹੇ ਤੁਸੀਂ ਦੋਸਤੋ ਇਹਦੀ ਛਟਣੀ ਬਣਾ ਕੇ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਇਹ ਅੰਦਰ ਨਗਾਣੇ ਆ ਅੰਦਰ ਨਿਗਾਹਣ ਤੋਂ ਬਾਅਦ ਤੁਹਾਨੂੰ ਜੋ ਫਾਇਦਾ ਹੋਵੇਗਾ ਤੁਹਾਡੇ ਨਾ ਸਿਆਲਾ ਨੂੰ ਆਪਾਂ ਪਿੰਨੀਆਂ ਖਾ ਖਾ ਕੇ ਜਿਹੜਾ ਕੋਸਟਰੋਲ ਸਾਡੇ ਜੰਮ ਜਾਂਦਾ ਤੇ ਖੂਨ ਸਾਡਾ ਗਾੜਾ ਹੋ ਜਾਂਦਾ ਤੇ ਖੂਨ ਸਾਨੂੰ ਦਿੱਕਤਾਂ ਆ ਨਹੀਂ ਹੈ ਨਾ ਤੇ ਉਹ ਜਿਹੜਾ ਨਾ ਤੁਹਾਡਾ ਕੋਸਟਰੋਲ ਆ ਜਿਹੜੀ ਗੰਦਗੀ ਆ ਨਾੜਾਂ ਦੇ ਵਿੱਚ ਦੋਸਤੋ ਮੋਮ ਬਣਾ ਬਣਾ ਕੇ ਬਾਹਰ ਇਦਾਂ ਤੁਹਾਡਾ ਨਾ ਬਾਹਰ ਕੱਢੇਗੀ ਇਹ ਇੰਨੀ ਪਾਵਰਫੁਲ ਚੀਜ਼ ਆ ਤੇ ਹੁਣ ਇਸ ਇਹਦਾ ਨਾਮ ਜੇਕਰ ਤੁਹਾਨੂੰ ਪਤਾ ਹੈ ਤੇ ਦੋਸਤੋ ਤੁਸੀਂ ਕਮੈਂਟ ਕਰਨਾ ਸੋ ਬੂਟਾ ਤੁਸੀਂ ਪਹਿਚਾਣ ਲਓ ਪੱਤੇ ਇਹਦੇ ਪਹਿਚਾਣ ਲਓ ਕਿੱਦਾਂ ਦੇ ਆ ਤੇ ਬਹੁਤ ਈਜ਼ੀ ਲੱਗ ਜਾਂਦਾ ਤੇ ਇਹ ਹੈਗੀ ਆ ਦੋਸਤੋ ਤੁਲਸੀ ਤੇ ਤੁਲਸੀ ਨੂੰ ਅਸੀਂ ਆ ਜੀ ਆਪਣੇ ਨਾ ਬੂਟੇ ਅੱਗੇ ਸਿਗੇ ਉਹ ਦੋ ਤਿੰਨ ਖਰਾਬ ਹੋ ਗਏ ਤੇ ਆਹਾਂ ਦੋ ਬੂਟੇ ਦੋਸਤੋ ਅਸੀਂ ਆਪਾਂ ਹੋਰ ਲਾ ਦਿੱਤੇ ਆ ਤੇ ਇਹਦੇ ਨਾਲੇ ਅੱਗੇ ਵੱਧ-ਵੱਧ ਕੇ ਆ ਜਿਹੜਾ ਇਹ ਹੋਰ ਬੂਟੇ ਵਧੀਆ ਵੱਡ ਬਣ ਜਾਣਗੇ ਤੇ ਆਹ ਲਓ ਜੀ ਅਸੀਂ ਇੱਥੇ ਇਹਦਾ ਲਾ ਕੇ ਹੁਣ ਇਹਨੂੰ ਪਾਣੀ ਪਾ ਦੇਾਂਗੇ ਤੇ ਪਾਣੀ ਪਾਣ ਤੋਂ ਬਾਅਦ ਇਹ ਆਲਰੇਡੀ ਆ ਬੂਟੇ ਆ ਲੱਗੇ ਹੋਆ ਦੇਖੋ ਦੋ ਬੂਟੇ ਹੋਰ ਲਾਏ ਆ ਅਸੀਂ ਤੇ ਇਹ ਸਾਰਾ ਸਿਆਲ ਦੋਸਤੋ ਇਹ ਚੱਲੂਗਾ ਜੀ ਕੰਮ ਤੇ ਤੁਸੀਂ ਇਹਦੇ ਪੱਤੇ ਸਕਾ ਕੇ ਚੂੜਨ ਬਣਾ ਸਕਦੇ ਆ ਚੂੜਨ ਦੇ ਰੂਪ ਦੇ ਵਿੱਚ ਵੀ ਲੈ ਸਕਦੇ ਆ ਨੂੰ ਮੰਨ ਲਓ ਪੱਤੇ ਸਕਾ ਲੈ ਤੇ ਜੇਕਰ ਤੁਹਾਨੂੰ ਚਾਹ ਦੇ ਵਿੱਚ ਚੰਗੀ ਨਹੀਂ ਲੱਗਦੀ ਤੁਸੀਂ ਇਹਨੂੰ ਚੂੜਨ ਬਣਾ ਕੇ ਉਹਦੇ ਉਹਦੇ ਨਾਲ ਵੀ ਇਹਦਾ ਆਪਣਾ ਕੰਮ ਚਲਾ ਸਕਦੇ ਆ ਸੋ ਅਸੀਂ ਵੀ ਦੋਸਤੋ ਏਮ ਬਣਾਇਆ ਵਾ ਪੱਕਾ ਕਿ ਜਿਹੜੇ-ਜਿਹੜੇ ਬੂਟੇ ਸਾਡੇ ਨਾ ਆਪਣੀ ਇਨਸਾਨ ਦੀ ਬਾਡੀ ਲਈ ਫਾਇਦੇਮੰਦ ਆ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਉਹ ਇੱਕ-ਇੱਕ ਕਰਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਾਂ ਲੈ ਕੇ ਆਵਾਂਗੇ ਚਾਹੇ ਸਾਨੂੰ ਕਿਸੇ ਵੈਦ ਦੀਆਂ ਮਿਹਨਤਾਂ ਕਰਨੀਆਂ ਪੈਣ ਤੇ ਚਾਹੇ ਕਿਸੇ ਰਿਸ਼ੀ-ਮੁਨੀ ਦੇ ਪੈਰ ਘੁੱਟਣੇ ਪੈਣ ਸਾਨੂੰ ਵੀ ਬਾਬਾ ਜੀ ਦੱਸ ਦਿਓ ਤੇ ਕਿਉਂਕਿ ਇਹ ਜਿਹੜੀਆਂ ਰਿਕਾਰਡ ਵੀਡੀਓ ਹੋ ਰਹੀਆਂ ਇਹ ਪਤਾ ਨਹੀਂ ਕਿੰਨਾ ਸਮਾਂ ਰਹਿਣਗੀਆਂ ਸੋ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਸ਼ਾਇਦ ਦੇਖ ਕੇ ਆਪਣੇ ਘਰ ਆ ਜਿਹੜੇ ਇੱਕ-ਇੱਕ ਦੋ-ਦੋ ਬੂਟੇ ਆ ਇਦਾਂ ਦੇ ਲਾ ਸਕਣ ਸੋ ਦੋਸਤੋ ਜਾਣਕਾਰੀ ਇਹ ਚੰਗੀ ਲੱਗੀ ਹੋਵੇ ਤੇ ਇਹਨੂੰ ਤੁਸੀਂ ਸ਼ੇਅਰ ਕਰਨਾ ਔਰ ਵੀਡੀਓ ਨੂੰ ਲਾਈਕ ਵੀ ਕਰਨਾ ਕਿਉਂਕਿ ਇਹ ਜਿਹੜੀ ਕੀ ਆ ਇੱਕ ਤਰ੍ਹਾਂ ਦਾ ਆਪਾਂ ਭਲੇ ਦੀ ਗੱਲ ਕਹਿ ਸਕਦੇ ਹਾਂ ਸਾਡੇ ਸਾਨੂੰ ਕੁਦਰਤੀ ਚੀਜ਼ ਵਜੋਂ ਪ੍ਰਮਾਤਮਾ ਨੇ ਦਿੱਤੀਆਂ ਆਵਾ ਸਾਡੇ ਲਈ ਤੇ ਸਾਨੂੰ ਉਹ ਪਤਾ ਨਹੀਂ ਹੈਗਾ ਸਾਨੂੰ ਯਾਦ ਭੁੱਲ ਗਿਆ ਤੇ ਹੁਣ ਕਹਿ ਲਓ ਕਿ ਸਾਨੂੰ ਦੁਬਾਰਾ ਜਦੋਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ ਹੋ ਸਕਦਾ ਕਿ ਸਾਨੂੰ ਇਹ ਨਾ ਹੋਵੇ ਕਿ ਸਾਨੂੰ ਇਹਨਾਂ ਦੀ ਸ਼ਕਲੇ ਭੁੱਲ ਜਾਵੇ ਬੂਟਿਆਂ ਦਾ ਨਾਮੇ ਭੁੱਲ ਜਾਵੇ ਇਸ ਕਰਕੇ ਇਹਨੂੰ ਛੇ ਜਰੂਰ ਕਰਿਓ ਔਰ ਆਪਣੀ ਆਪਣੇ ਘਰ ਦੀ ਜਿਹੜੀ ਤੁਹਾਡਾ ਗਾਰਡਨ ਆ ਤੁਹਾਡਾ ਬੈਕਲਾ ਲਾਉਨ ਆ ਕੋਈ ਵੀ ਹੈਗਾ ਦੋਸਤੋ ਉੱਥੇ ਕਮ ਸੇ ਕਮ ਇਹ ਦੋ ਬੂਟੇ ਜਰੂਰ ਲਾਓ ਇਹ ਬੂਟਾ ਐਡਾ ਕ ਵੱਡਾ ਹੋ ਜਾਵੇਗਾ ਤੇ ਪੱਤੇ ਇਹਨੂੰ ਬਹੁਤ ਸਾਰੇ ਲੱਗਣਗੇ ਤੁਸੀਂ ਜਿੰਨੇ ਮਰਜ਼ੀ ਜੀ ਤੋੜ-ਤੋੜ ਕੇ ਖਾਓ ਤੇ ਮੈਂ ਕਿਹਾ ਜੀ ਐ ਨਜ਼ਾਰੇ ਲਾਉਂਗੇ ਸਤਿ ਸ਼ਕਾਲ ਸਾਰਿਆਂ ਨੂੰ ਦੋਸਤੋ ਧੰਨਵਾਦ ਆ ਜੀ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇ ਵਿੱਚ ਨਵੀਂ ਥਾਂ ਤੇ ਨਵੇਂ ਪੇੜ-ਪੌਦੇ ਦੇ ਨਾਲ ਸਤਿ ਸ਼ਕਾਲ ਆ ਜੀ